अरदास हमारी पूछो साच बिचारो रोस ना कीजे उत्तर दीजे क्यों पाइए गुरुद्वारो। सुन स्वामी अरदास हमारी पूछो सा एक पूछो साच बिचारो पूछो साच बिचारो। स्वामी एक अरदास है साड़ी एक बेनती है तुसी सुनो। मैं एक सच का विचार इस गल के उत्ते सच जानना चाहना। सच की पूछो सच विचारो रोसना की तुसी इस गल का गुस्सा ना करो भी मैं क्यों पाइए गुरुद्वारा कोई मैं हुजत नहीं करता कोई मैं थोड़ा इम्तहान नहीं लेना चाहता या कोई मैं मंद भावना नाल ये गल पूछ रहा मैनू पता ही नहीं है इस गल बारे मैनू शंका है। गुरुद्वारो कहिंदे ने गुरुद्वारो है कोई जगह जिथे गुरु रहिंदा है जे गुरुद्वारो वो जगह पा लिए जिथे गुरु वसदा है जिथे ज्ञान जिथे प्राप्त हुंदा है ਤਾਂ ਫਿਰ ਉਹ ਗਿਆਨ ਨਾਲ ਕਲਿਆਣ ਹੋ ਜਾਂਦਾ ਮੁਕਤੀ ਮਿਲ ਜਾਂਦੀ। ਇਹ ਗੱਲ ਦਾ ਸਿੱਧਾ ਨੂੰ ਪਤਾ ਕਿ ਗਿਆਨ ਬਿਨਾਂ ਮੁਕਤੀ ਨਹੀਂ ਹੋਣੀ ਸੁਣੀ ਹੋਈ ਗੱਲ ਆ ਪਰ ਉਹ ਗਿਆਨ ਕਿਹੜਾ ਹੈ ਜਿਹਦੇ ਬਿਨਾਂ ਮੁਕਤੀ ਨਹੀਂ ਹੋਣੀ ਉਹ ਸੰਸਾਰ 'ਚ ਹੈ ਨਹੀਂ। ਜਿਹੜੀ ਸਿੱਧ ਭਗਤੀ ਕਰ ਰਹੇ ਨੇ ਉਹ 'ਚ ਗਿਆਨ ਹੈ ਨਹੀਂ ਜੇ ਗਿਆਨ ਉਹ 'ਚ ਹੈਗਾ ਉਹ ਸਿਰਫ ਸਰੀਰ ਦਾ ਗਿਆਨ ਹੈ ਮਾਇਆ ਦਾ ਗਿਆਨ ਹੈ ਸਰੀਰ ਨਾਲ ਜੁੜੇ ਹੋਏ ਨੇ ਇਹ ਉਹ ਜਾਣਦੇ ਨੇ ਵੀ ਇਹ ਗਿਆਨ ਨਹੀਂ ਹੈ ਉਹ ਇਹ ਸ਼ਬਦ ਨਹੀਂ ਹੈ ਉਹ ਜਿਹੜੇ ਇਮਾਨਦਾਰ ਸਿੱਧ ਸੀ ਜੇ ਉਹਨਾਂ ਨੂੰ ਪੁੱਛਦੇ ਸੀ ਵੀ ਜਿਹੜਾ ਤੁਸੀਂ ਸ਼ਬਦ ਸੁਣਦੇ ਹੋ ਕੀ ਹੈ ਉਹ ਕਹਿੰਦੇ ਤੇ ਤਾਂ ਸਾਨੂੰ ਪਤਾ ਨਹੀਂ ਕੀ ਹੈ ਪਰ ਉਹ ਮਾਇਆ ਦਾ ਹੀ ਹੈ ਕੁਛ ਮਾਇਆ ਤੋਂ ਪੈਦਾ ਹੋਈ ਹੋਈ ਕੋਈ ਚੀਜ਼ ਹੈ ਉਹ ਮੰਨਦੇ ਸੀ ਇਮਾਨਦਾਰ ਮੰਨਦੇ ਸੀ ਇਹ ਵੀ ਉਹਨਾਂ ਇਮਾਨਦਾਰਾਂ ਵਿੱਚੋਂ ਹੈ ਸਿੱਧ ਜਿਹੜਾ ਕੁਛ ਹੈ ਉਹ ਇਹ ਵੀ ਉਹਨਾਂ ਨੂੰ ਪਤਾ ਸੀ ਭਾਈ ਜਿਹੜੇ ਸਿਆਣੇ ਸੀ ਉਹਨਾਂ ਕੋਲ ਸੀਨੇ ਪਸੀਨੇ ਚੱਲੀ ਹੋਈ ਗੱਲ ਸੀ ਵੀ ਭਾਈ ਜਿਹੜਾ ਉਹ ਸ਼ਬਦ ਆ ਉਹ ਗੁਰਦੁਆਰੇ ਵਿੱਚੋਂ ਸੁਣਦਾ ਹੈ ਤਿਰਕੁਟੀ 'ਚ ਨਹੀਂ ਸੁਣਦਾ ਹੁਣ ਤਿਰਕੁਟੀ ਔਰ ਗੁਰਦੁਆਰੇ ਅੱਡ ਅੱਡ ਚੀਜ਼ਾਂ ਨੇ ਸਿੱਧ ਤਿਰਕੁਟੀ ਨੂੰ ਉਹ ਗੁਰਦੁਆਰਾ ਨਹੀਂ ਮੰਨਦੇ ਸ਼ੱਕ ਹੈ ਉਹਨਾਂ ਨੂੰ ਵੀ ਗੁਰਦੁਆਰਾ ਹੈ ਨਹੀਂ ਤਿਰਕੁਟੀ 'ਚ ਮਾਇਆ ਹੀ ਸੁਣੂੰਗੀ ਗੁਰਦੁਆਰਾ ਦੇ ਵਿੱਚ ਗੁਰੂ ਦੀ ਗੱਲ ਸੁਣੂੰਗੀ ਤੁਰਕੀ ਬਾਣੀ ਸੁਣੂਗੀ ਉਹ ਗਿਆਨ ਜਿਹੜਾ ਨਿਰਾਕਾਰ ਦਾ ਗਿਆਨ ਹੈ ਉਹ ਜਿਹੜਾ ਗੁਰਦੁਆਰੇ 'ਚੋਂ ਹੀ ਪਤਾ ਲੱਗੂਗਾ ਹੁਣ ਗੁਰਦੁਆਰੇ ਅੱਜ ਵੀ ਨੇ ਸਾਡੇ ਨਾਨਕ ਨੇ ਤਾਂ ਗੁਰਦੁਆਰਾ ਕਿਤੇ ਬਣਾਇਆ ਨਹੀਂ ਉਦੋਂ ਗੁਰਦੁਆਰੇ ਦਾ ਕੋਈ ਨਾਂ ਨਹੀਂ ਸੀ ਗੁਰਦੁਆਰਾ ਪਹਿਲੀ ਵਾਰ ਸ਼ਬਦ ਜੇ ਆਇਆ ਗੁਰਬਾਣੀ 'ਚ ਤਾਂ ਸਿੱਧਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਗੁਰਦੁਆਰਾ ਭਗਤਾਂ ਨੇ ਤਾਂ ਧਰਮਸ਼ਾਲਾ ਵੀ ਨਹੀਂ ਬਣਾਈਆਂ ਪਰ ਨਾਨਕ ਨੇ ਧਰਮਸ਼ਾਲਾ ਥਾਪ ਬਣਾਈਆਂ ਨੇ ਬਾਹਰ ਧਰਮਸ਼ਾਲ ਬਣਾਓ ਧਰਮਸ਼ਾਲ ਕਹਿੰਦੇ ਨੇ ਜਿੱਥੇ ਧਰਮ ਗਿਆਨ ਜਿੱਥੇ ਪੜ੍ਹਾਇਆ ਜਾਂਦਾ ਨਾ ਆਤਮ ਗਿਆਨ ਜਿਵੇਂ ਉਹ ਸਕੂਲ ਹੈ ਜਿਹੜਾ ਉਹਦਾ ਨਾਮ ਧਰਮਸਾਲ ਜਿੱਥੇ ਧਰਮ ਪੜ੍ਹਾਇਆ ਜਾਂਦਾ ਧਰਮ ਉੱਥੇ ਹੁੰਦਾ ਜਿੱਥੇ ਗਿਆਨ ਹੁੰਦਾ ਚਾਹੇ ਗਿਆਨ ਤਾਂ ਧਰਮ ਹੈ ਧਰਮ ਦੀ ਸਿੱਖਿਆ ਜਿੱਥੇ ਦਿੱਤੀ ਜਾਂਦੀ ਹੈ ਐਂ ਕਹੋ ਉਹ ਧਰਮਸਾਲ ਹੈ ਉੱਥੇ ਬਹਿ ਕੇ ਕੁਛ ਆਦਮੀ ਇਕੱਠੇ ਹੋ ਜਾਂਦੇ ਨੇ ਉੱਥੇ ਬਹਿ ਕੇ ਵਿਚਾਰ ਕੀਤੀ ਜਾ ਸਕਦੀ ਹੈ ਕੋਈ ਜਿਹੜਾ ਵਿਚਾਰਵਾਨ ਹੁੰਦਾ ਉਹ ਆਪਣੇ ਉਹਨਾਂ ਨੂੰ ਕੁਛ ਦੱਸਦਾ ਕੁਛ ਆਪਸ ਵਿੱਚ ਉਹਨੂੰ ਧਰਮਸਾਲ ਕਹਿੰਦੇ ਸੀ ਗੁਰਦੁਆਰਾ ਬਾਹਰ ਨਹੀਂ ਹੁੰਦਾ ਗੁਰਦੁਆਰਾ ਅੰਦਰ ਹੈ ਸਾਡੇ ਧਰਮਸਾਲ ਬਾਹਰ ਹੁੰਦੀ ਅੱਜ ਸਾਡੇ ਜਿਹੜੇ ਗੁਰਦੁਆਰੇ ਨੇ ਅਸਲ 'ਚ ਧਰਮਸਾਲ ਨੇ ਗੁਰਦੁਆਰਾ ਨਾਂ ਲਿਖਣ ਰੱਖਣਾ ਇਹਨਾਂ ਦਾ ਬੜੀ ਖਤਰਨਾਕ ਗੱਲ ਹੈ ਗੁਰਦੁਆਰਾ ਅਸੀਂ ਕਰਕੇ ਰੱਖਿਆ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਿਆ ਨਾ ਗੁਰਦੁਆਰਾ ਰੱਖਤਾ ਹੁਣ ਜਿਹੜਾ ਅਸਲੀ ਗੁਰਦੁਆਰਾ ਸਿੱਧਾਂ ਨੇ ਪੁੱਛਿਆ ਇਹ ਤਾਂ ਫਿਰ ਸਾਡੇ ਹੈ ਹੀ ਨਹੀਂ ਕਿਤੇ ਸਿੱਧ ਕਿਹੜਾ ਗੁਰਦੁਆਰਾ ਪੁੱਛ ਰਿਹਾ ਕਿ ਉਹ ਪਾਈਆ ਗੁਰਦੁਆਰਾ
ਸਾਨੂੰ ਤਾਂ ਜੜੇ ਗਣੇ ਨੂੰ ਗੁਰਦੁਆਰਾ ਮਿਲ ਗਿਆ। ਫਿਰ ਅਸੀਂ ਉਹ ਗੁਰਦੁਆਰਾ ਸਿੱਧਾ ਵਾਲਾ ਗੁਰਦੁਆਰੇ ਦੀ ਪ੍ਰਾਪਤੀ ਦੀ ਗੱਲ ਸਾਡੀ ਤਾਂ ਖਤਮ ਹੋ ਗਈ। ਇੱਕ ਸਿੱਧ ਸਵਾਲ ਕਰ ਰਿਹਾ ਮੈਨੂੰ ਗੁਰਦੁਆਰਾ ਦੱਸੋ ਕਿੱਥੇ ਹੈ। ਜੇ ਬਾਹਰ ਬਣਾਉਣਾ ਤਾਂ ਫਿਰ ਤਾਂ ਸਿੱਧ ਕਿਹੜਾ ਨਹੀਂ ਸੀ ਬਣਾ ਸਕਦੇ, ਉਹਨਾਂ ਦੇ ਮੰਦਰ ਗੁਰਦੁਆਰਾ ਬਣ ਜਾਂਦੇ। ਇਹ ਬੜਾ ਮਹੀਨ ਬਰੀਕ ਸਵਾਲ ਹੈ ਜਿਹੜਾ ਅਸੀਂ ਐਡੀਆਂ ਐਡੀਆਂ ਕੀਮਤੀ ਗੱਲਾਂ ਕੱਟੇ ਰੋਲਤੀਆਂ ਸਿੱਖਾਂ ਨੇ ਕੱਟੇ 'ਚ। ਕੌਡੀ ਬਦਲੇ ਚੱਲੀਆਂ ਗਈਆਂ ਗੱਲਾਂ, ਕੌਡੀ ਮਾਇਆ ਖੋਲਕ, ਇਹਦੇ ਬਦਲੇ ਗੱਲ ਜਿਹੜੀ ਅਸਲੀ ਸੀ ਖਤਮ ਕਰ। ਗੁਰਦੁਆਰੋ ਕਿਵੇਂ ਪਾਈਦਾ ਮੈਨੂੰ ਦੱਸੋ। ਗੁਰਦੁਆਰੋ ਜੇ ਚਰਿਆ ਗਿਆ ਜਿਹੜਾ ਮੁਕਤ ਹੈ, ਮੁਕਤ ਹੀ ਨਹੀਂ ਉਹਨੂੰ ਚਾਰੇ ਪਦਾਰਥ ਮਿਲ ਜਾਣਗੇ ਉੱਥੇ। ਸਿੱਧ ਤਾਂ ਮੁਕਤੀ ਉਹ ਮੰਗਦੇ ਸੀ, ਪਰ ਗੁਰਬਾਣੀ ਤਾਂ ਮੁਕਤੀ ਤੇ ਗਾਹਾਂ ਦੀ ਗੱਲ ਕਰਦੀ ਹੈ ਨਾ। ਸਿੱਧਾ ਨੂੰ ਪਤਾ ਜਿਹੜਾ ਗੁਰਦੁਆਰੋਂ ਪਹੁੰਚ ਗਿਆ ਮੁਕਤ ਹੈ, ਮੁਕਤੀ ਉੱਥੇ ਜਾ ਕੇ ਮਿਲਣੀ, ਇੱਥੇ ਨਹੀਂ ਮਿਲਣੀ। ਤ੍ਰਿਕੁਟੀ 'ਚ ਮੁਕਤੀ ਨਹੀਂ ਹੈ, ਤ੍ਰਿਕੁਟੀ ਸੰਸਾਰ ਨਾਲ ਜੋੜਦੀ ਹੈ। ਤ੍ਰਿਕੁਟੀ 'ਚੋਂ ਕਹਿੰਦੇ ਅੱਗੇ ਨਾ ਜਾਓ, ਕਮ ਸੇ ਕਮ ਇੱਥੇ ਤਾਂ ਰਹੋ। ਪਰ ਗੁਰਬਾਣੀ ਕਹਿੰਦੇ ਤ੍ਰਿਕੁਟੀ ਛੂਟਾ, ਦਸਵਾਂ ਦੁਆਰ ਖੁੱਲ੍ਹ। ਉਹ ਦਸਵਾਂ ਦੁਆਰ ਹੀ ਗੁਰਦੁਆਰਾ ਵਾ, ਜਿਹੜਾ ਦਸਵਾਂ ਦੁਆਰ ਹੈ ਨਾ ਉਹੀ ਗੁਰਦੁਆਰਾ। ਅੱਜ ਅਸੀਂ ਦਸਵਾਂ ਦੁਆਰ ਨੂੰ ਗੁਰਦੁਆਰਾ ਕਹਿੰਦੇ ਹਾਂ, ਜਾਂ ਦਸਵਾਂ ਦੁਆਰ ਦੀ ਕੋਈ ਗੱਲ ਕਰਦਾ। ਦਸਵਾਂ ਦੁਆਰ ਦੀ ਕਿਸੇ ਸਿੱਖ ਨੂੰ ਲੋੜ ਹੈ? ਲੋੜ ਕਿਹੜੀ ਚੀਜ਼ ਦੀ ਹੈ? ਜਿਹੜੀ ਅਰਦਾਸ ਕਰਦੇ ਹਾਂ ਉਸੇ ਦੀ ਲੋੜ ਹੈ ਸਾਨੂੰ। ਲੋੜ ਸਿੱਖਾਂ ਨੂੰ ਉਹ ਚੀਜ਼ ਦੀ ਹੈ ਜਿਹੜੀ ਸਭ ਕੁਝ ਸੁਣ ਕੇ ਪਿੱਛੋਂ ਅਰਦਾਸ ਕਰਦੇ ਨੇ। ਬਾਕੀ ਤਾਂ ਲੋੜ ਗੁਰੂ ਨੇ ਦੱਸੀ ਹੈ ਵੀ ਤੁਹਾਨੂੰ ਇਹ ਚੀਜ਼ ਦੀ ਲੋੜ ਹੈ, ਇਹਦੀ ਲੋੜ ਨਹੀਂ ਹੈ। ਜੋ ਗੁਰਬਾਣੀ ਦੱਸ ਰਹੀ ਹੈ ਉਹ ਤਾਂ ਗੁਰਬਾਣੀ ਦੱਸ ਰਹੀ ਨਾ ਵੀ ਇਹ ਚੀਜ਼ ਦੀ ਤੈਨੂੰ ਲੋੜ ਹੈ ਨਹੀਂ, ਇਹਦੀ ਲੋੜ ਹੈ। ਐਂ ਤਾਂ ਕਰਨਾ ਨਹੀਂ ਹੈ, ਐਂ ਕਰ। ਆਹ ਤੂੰ ਜੇ ਕਰ ਰਿਹਾ ਕਿਉਂ ਕਰ ਰਿਹਾ, ਕਰਨ ਤੂੰ ਆਹ ਆਇਆ ਸੀ, ਇਹ ਤਾਂ ਗੁਰਬਾਣੀ ਦੱਸ ਰਹੀ ਹੈ ਨਾ। ਪਰ ਸਾਨੂੰ ਕਿਹੜੀ ਚੀਜ਼ ਦੀ ਲੋੜ ਹੈ? ਸਾਨੂੰ ਜਿਹੜੀ ਅਸੀਂ ਅਰਦਾਸ ਕਰ ਰਹੇ ਉਹਦੀ ਲੋੜ ਹੈ, ਉਹ ਸਾਰੀ ਗੁਰਬਾਣੀ ਤੋਂ ਖਿਲਾਫ ਹੈ। ਜੇ ਤਾਂ ਸਾਨੂੰ ਹੋਵੇ ਮੁਕਤੀ ਦੀ ਲੋੜ, ਫਿਰ ਤਾਂ ਸਾਨੂੰ ਗੁਰਦੁਆਰੇ ਦੀ ਲੋੜ ਪਵੇ। ਸਾਨੂੰ ਜਿਹੜੇ ਗੁਰਦੁਆਰਾ ਜਿਹੜੀਆਂ ਲੋੜਾਂ ਨੇ, ਸਾਡੀਆਂ ਲੋੜਾਂ ਵਾਲਾ ਗੁਰਦੁਆਰਾ ਇਹੀ ਹੈ। ਸਿੱਧਾਂ ਦੀ ਲੋੜ ਕੁਛ ਹੋਰ ਸੀ, ਉਹਨੂੰ ਗੁਰਦੁਆਰਾ ਅਸਲੀ ਚਾਹੀਦਾ ਸੀ। ਸਾਡੀ ਲੋੜ ਇਹ ਨਹੀਂ ਅਸੀਂ ਨਕਲੀ ਗੁਰਦੁਆਰਿਆਂ 'ਚ ਸਾਡਾ ਸਾਦਾ, ਇੱਥੇ ਆ ਕੇ ਗੱਲ ਵਿਗੜ ਗਈ। ਪੈ ਗਏ ਨਾ ਉਲਟ ਰਸਤੇ, ਸਿੱਖੀ ਕਿੱਥੋਂ ਰਹਿਣੀ ਸੀ? ਸਿੱਖੀ ਤਾਂ ਇਹ ਸੀ ਗੁਰਦੁਆਰਾ ਸਾਨੂੰ ਪਤਾ ਸੀ, ਸਿੱਖਾਂ ਨੂੰ ਉਹਨੂੰ ਪਤਾ ਹੈ ਨਹੀਂ ਸੀ। ਹੁਣ ਉਹਨੂੰ ਗੁਰਦੁਆਰਾ ਦਾ ਪਤਾ ਹੈ ਨਹੀਂ, ਪਰ ਉਹ ਬਾਹਰ ਗੁਰਦੁਆਰਾ ਮੰਨਦਾ ਨਹੀਂ ਸਿੱਧ। ਜਿੱਥੇ ਹੈ ਉੱਥੇ ਉਹਨੂੰ ਪਤਾ ਨਹੀਂ। ਸਿੱਖਾਂ ਨੂੰ ਬਾਹਰ ਵਾਲੇ ਦਾ ਪਤਾ, ਦੂਏ ਦੀ ਲੋੜ ਨਹੀਂ। ਉਹਨੂੰ ਲੋੜ ਤਾਂ ਸੀ, ਸਾਨੂੰ ਤਾਂ ਲੋੜ ਵੀ ਨਹੀਂ ਰਹੀ। ਸਾਨੂੰ ਤਾਂ ਲੋੜ ਹੀ ਨਹੀਂ ਰਹੀ ਗੁਰਦੁਆਰਾ ਬਾਹਰ ਜੋ ਬਣ ਗਿਆ। ਅੰਮ੍ਰਿਤ ਸਰੋਵਰ ਦੀ ਸਾਨੂੰ ਲੋੜ ਹੀ ਨਹੀਂ, ਬਾਹਰ ਜੋ ਬਣਾ ਲਿਆ। ਅੰਮ੍ਰਿਤ ਦੀ ਲੋੜ ਹੀ ਨਹੀਂ, ਬਾਹਰੋਂ ਜੋ ਮਿਲਦਾ ਔਰ ਜੋ ਅੰਮ੍ਰਿਤ ਬਣ ਗਈ। ਇਹ ਲੋੜਾਂ ਹੀ ਮਿਟਾ ਦਿੱਤੀਆਂ, ਖਤਮ ਕਰਤੀ। ਬਹੁਤ ਬੜੀ ਸ਼ਰਾਰਤ ਕੀਤੀ, ਬਹੁਤ ਬੜੀ ਪਲੈਨ ਹੋਇਆ, ਗੱਲੇ ਖਤਮ ਕਰਤੀ। ਅੰਮ੍ਰਿਤ ਪੀਵੇ ਅੰਮ੍ਰਿਤ ਹੋਏ, ਅੰਮ੍ਰਿਤ ਛਕ ਲਿਆ ਗੁਰੂ ਵਾਲਾ ਹੋ ਗਿਆ, ਅੰਮ੍ਰਿਤ ਅਮਰ ਹੋ ਗਿਆ, ਖਤਮ ਹੋ ਗਈ ਗੱਲ। ਗਾਂ ਕੁਛ ਕਰਨ ਦੀ ਲੋੜ